ਨਿਊ ਮਾਰਕੀਟ ਗੁਰੈ ਦੀਆਂ ਮਹਿਲਾਵਾਂ ਵੱਲੋਂ ਤੀਆਂ ਦਾ ਤਿਉਹਾਰ ਗੀਤਾ ਭਵਨ ਗੁਰੈ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਇਨਰ ਵੀਲ ਕਲੱਬ ਗੁਰੈ ਦੇ ਸਾਬਕਾ ਪ੍ਰਧਾਨ ਅਨੀਤਾ ਜੈਨ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਬੁੱਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ 'ਤੇ ਬੱਚਿਆਂ ਅਤੇ ਮਹਿਲਾਵਾਂ ਵੱਲੋਂ ਬੋਲੀਆਂ, ਗਿੱਧਾ, ਭੰਗੜੇ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ, ਜਦਕਿ ਮਹਿਲਾਵਾਂ ਅਤੇ ਬੱਚਿਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਪੀਂਘਾਂ ਵੀ ਝੂਟੀਆਂ ਗਈਆਂ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਜਿੱਥੇ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਸੰਬੰਧੀ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੱਜ ਗੀਤਾ ਭਵਨ ਵਿੱਚ ਜਿਹੜੀਆਂ ਤੀਆਂ ਮਨਾਈਆਂ ਗਈਆਂ ਆ, ਇੱਥੇ 150 ਲੇਡੀਜ਼ ਨੇ ਬੜ ਚੜ੍ਹ ਕੇ ਭਾਗ ਲਿਆ ਆ। ਸਭ ਨੇ ਆਪਣੀ ਆਪਣੀ ਪਰਫੋਰਮੈਂਸ ਰੱਖੀ ਹੈ, ਛੋਟੇ ਬੱਚੇ ਤੋਂ ਲੈ ਕੇ ਬੜੇ ਸੀਨੀਅਰ ਸਾਰਿਆਂ ਨੇ। ਅਤੇ ਇੱਥੇ ਚੀਫ ਗੈਸਟ ਆਏ ਆ ਅਨੀਤਾ ਜੈਨ ਜੀ, ਉਹਨਾਂ ਨੇ ਅਸੀਂ ਉਹਨਾਂ ਦਾ ਮਾਣ ਕੀਤਾ, ਉਹਨਾਂ ਨੇ ਸਾਡਾ ਬਹੁਤ ਮਾਣ ਕੀਤਾ ਆ। ਅਤੇ ਅਸੀਂ ਸਾਰੇ ਨੇ ਗਿੱਧਾ, ਖੂਬ ਗਿੱਧਾ, DJ ਪਰਫੋਰਮੈਂਸ, ਬਹੁਤ ਕੁਛ ਗੀਤਾ ਭਵਨ 'ਚ ਹੋਇਆ ਅੱਜ। ਅਤੇ ਇਹ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਇਹ ਫੰਕਸ਼ਨ ਹੋਰ ਬੜਾ ਹੋਵੇ, ਸਭ ਦੇ ਸਾਥ ਨਾਲ ਹੋਇਆ। ਅਸੀਂ ਇਕੱਲੇ ਕੋਈ ਕੁਛ ਨਹੀਂ ਕਰ ਸਕਦਾ, ਸਭ ਇੱਕ ਦੂਜੇ ਦੇ ਨਾਲ ਹੀ ਹੈ। ਗੁਰਾਇਆਂ 'ਚ ਇੰਨੀ ਤਾਕਤ ਹੈਗੀ ਹੈ ਕਿ ਇਹ ਪਰਿਵਾਰ ਵਾਲਾ ਨਾਮ ਲੈਣ 'ਚ ਵੀ ਸਾਰੇ ਇਕੱਠੇ ਆ ਅਤੇ ਇੰਜੋਏ ਕਰਨ 'ਚ ਵੀ ਸਾਰੇ ਇਕੱਠੇ ਆ। ਅੱਜ ਸਾਡੇ ਸ਼ਹਿਰ ਗੁਰਾਇਆਂ ਵਿੱਚ ਪਹਿਲੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜੋ ਕਿ ਗੁਰੂ ਨਾਨਕਪੁਰਾ ਨਿਊ ਮਾਰਕੀਟ ਵੱਲੋਂ ਮਨਾਇਆ ਗਿਆ। ਇਹਦੇ 'ਚ ਸਾਡੇ ਚੀਫ ਗੈਸਟ ਦੇ ਤੌਰ 'ਤੇ ਵੀ ਅਨੀਤਾ ਜੈਨ ਜੀ ਆਏ ਸੀ, ਜਿਨ੍ਹਾਂ ਦਾ ਸਭ ਨੇ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੇ ਵੀ ਸਭ ਦਾ ਬਹੁਤ ਹੌਸਲਾ ਅਫਜ਼ਾਈ ਕੀਤਾ। ਅਤੇ ਅਸੀਂ ਅੱਜ ਸਾਰਿਆਂ ਨੇ ਖੁਸ਼ੀ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਬਹੁਤ ਇੰਜੋਏ ਕੀਤਾ, ਡਾਂਸ ਕੀਤਾ, ਭੰਗੜੇ, ਬੋਲੀਆਂ, ਜੋ ਦਿਲ ਸੀ ਸਭ ਨੇ ਆਪਣੇ ਕੀਤਾ। ਅਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਸਦਾ ਸਾਰੇ ਇਕੱਠੇ ਹੋਏ ਸ਼ਹਿਰ ਵਾਲੇ ਅਤੇ ਸਾਰਿਆਂ ਨੇ ਇੰਜੋਏ ਕੀਤਾ ਅਤੇ ਫਿਰ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਅਤੇ ਸਫਲ ਹੋਏ, ਮਾਲਕ ਵੱਲੋਂ ਸਫਲ ਹੋਇਆ। ਅਤੇ ਇਸੇ ਤਰ੍ਹਾਂ ਸਾਡੇ ਸਾਰੇ ਸਾਥ ਦਿੰਦੇ ਰਹਿਣਗੇ ਅਤੇ ਹੁੰਦਾ ਰਹੇਗਾ। ਬਹੁਤ ਸ਼ਹਿਰ ਦੀ ਬਹੁਤ ਲੇਡੀਜ਼ ਨੇ, ਬੱਚਿਆਂ ਨੇ, ਵੱਡਿਆਂ ਨੇ, ਬੋਟੀਆਂ ਸਭ ਨੇ ਬਹੁਤ ਪਾਰਟੀਸਪੇਟ ਕੀਤਾ ਅਤੇ ਸਭ ਨੇ ਬਹੁਤ ਇੰਜੋਏ ਕੀਤਾ। ਭੰਗੜੇ DJ 'ਤੇ ਸਭ ਨੇ ਇੰਜੋਏ ਕੀਤਾ। ਜੈ ਸ਼੍ਰੀ ਰਾਮ। ਨਿਊ ਮਾਰਕੀਟ ਗੁਰੈ ਦੀਆਂ ਮਹਿਲਾਵਾਂ ਵੱਲੋਂ ਤੀਆਂ ਦਾ ਤਿਉਹਾਰ ਗੀਤਾ ਭਵਨ ਗੁਰੈ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਇਨਰ ਵੀਲ ਕਲੱਬ ਗੁਰੈ ਦੇ ਸਾਬਕਾ ਪ੍ਰਧਾਨ ਅਨੀਤਾ ਜੈਨ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਬੁੱਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ 'ਤੇ ਬੱਚਿਆਂ ਅਤੇ ਮਹਿਲਾਵਾਂ ਵੱਲੋਂ ਬੋਲੀਆਂ, ਗਿੱਧਾ, ਭੰਗੜੇ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ, ਜਦਕਿ ਮਹਿਲਾਵਾਂ ਅਤੇ ਬੱਚਿਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਪੀਂਘਾਂ ਵੀ ਝੂਟੀਆਂ ਗਈਆਂ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਜਿੱਥੇ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਸੰਬੰਧੀ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।